ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੀਰੂ ਵਾਲੇ ਦਾ ਰਹਿਣ ਵਾਲਾ ਹਾਂ। ਕੁਝ ਕੁ ਮਹੀਨੇ ਪਹਿਲਾਂ ਮੇਰੇ ਪੇਟ ਵਿੱਚ ਦਰਦ ਸ਼ੁਰੂ ਹੋ ਗਈ। ਮੈਂ ਫਿਰੋਜ਼ਪੁਰ ਸ਼ਹਿਰ ਜਾ ਕੇ ਆਪਣਾ ਟੈਸਟ ਕਰਵਾਇਆ। ਟੈਸਟ ਦੇ ਵਿੱਚ ਪੱਥਰੀਆਂ ਦੀ ਪ੍ਰੋਬਲਮ ਆ ਗਈ। ਮੈਂ ਫਿਰੋਜ਼ਪੁਰ ਤੋਂ ਕਈ ਡਾਕਟਰਾਂ ਦੀ ਸਲਾਹ ਲਈ ਪਰ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਹੋਈ। ਫਿਰ ਮੈਂ ਮੁਕਤਸਰ ਦੇ ਡਾਕਟਰਾਂ ਕੋਲ ਗਿਆ। ਉੱਥੇ ਵੀ ਮੈਨੂੰ ਕੋਈ ਚੰਗੀ ਡਾਕਟਰ ਦੀ ਸਲਾਹ ਨਹੀਂ ਮਿਲੀ। ਮੈਨੂੰ ਪਤਾ ਲੱਗਾ ਵੀ ਇੱਥੇ ਫਿਰੋਜ਼ਪੁਰ ਵਿੱਚ ਡਾਕਟਰ ਸੂਦ ਇੱਥੇ ਆਪਰੇਸ਼ਨ ਕਰਨ ਆਉਂਦੇ ਹਨ। ਮੈਂ ਇਹਨਾਂ ਨੂੰ ਮਿਲਿਆ ਤਾਂ ਫਿਰ ਮੈਂ ਮੋਗੇ ਇਹਨਾਂ ਦਾ ਹੋਸਪਿਟਲ ਹੈ ਇੱਥੇ ਜਾ ਕੇ ਮੈਂ ਮਨ ਬਣਾ ਲਿਆ ਵੀ ਮੈਂ ਆਪਣਾ ਆਪਰੇਸ਼ਨ ਉੱਥੋਂ ਕਰਵਾਵਾਂਗਾ। ਫਿਰ ਵੀ ਮੈਂ ਜਦੋਂ ਮੋਗੇ ਪਹੁੰਚਿਆ ਤਾਂ ਕਿਸੇ ਗਲਤ ਹੋਸਪਿਟਲ ਵਿੱਚ ਪਹੁੰਚ ਗਿਆ। ਮੈਨੂੰ ਜਦੋਂ ਪਤਾ ਲੱਗਾ ਵੀ ਮੈਂ ਸਹੀ ਡਾਕਟਰ ਸੂਦ ਸਾਹਿਬ ਕੋਲ ਨਹੀਂ ਪਹੁੰਚਿਆ ਗਿਆ ਤਾਂ ਫਿਰ ਮੈਂ ਜਿਹੜੇ ਉੱਥੋਂ ਦੇ ਡਾਕਟਰ ਸਨ ਉਹਨਾਂ ਨੇ ਮੇਰੀ ਸਾਰੇ ਟੈਸਟ ਜਲਦੀ ਜਲਦੀ ਵਿੱਚ ਕਰਵਾ ਦਿੱਤੇ। ਤਾਂ ਫਿਰ ਜਦੋਂ ਮੈਨੂੰ ਪਤਾ ਲੱਗਾ ਮੈਂ ਸਹੀ ਥਾਂ 'ਤੇ ਨਹੀਂ ਪਹੁੰਚਿਆ ਤਾਂ ਉਹਨੂੰ ਰਿਕੁਐਸਟ ਕੀਤੀ, ਡਾਕਟਰ ਸਾਹਿਬ ਮੈਂ ਡਾਕਟਰ ਸੂਦ ਸਾਹਿਬ ਕੋਲੋਂ ਆਪਰੇਸ਼ਨ ਕਰਵਾਉਣਾ ਹੈ। ਤਾਂ ਉਹਨਾਂ ਨੇ ਬਹੁਤ ਜਿੱਦ ਕੀਤੀ। ਉਹਨਾਂ ਕਿਹਾ ਵੀ ਅਸੀਂ ਤੇਰਾ ਆਪਰੇਸ਼ਨ ਥੋੜ੍ਹੇ ਪੈਸਿਆਂ ਵਿੱਚ ਹੀ ਕਰ ਦੇਵਾਂਗੇ। ਪਰ ਫਿਰ ਵੀ ਮੇਰੇ ਮਨ ਨੂੰ ਨਹੀਂ ਤਸੱਲੀ ਆਈ। ਮੈਂ ਕਿਹਾ ਵੀ ਡਾਕਟਰ ਸਾਹਿਬ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਮੈਂ ਡਾਕਟਰ ਸੂਦ ਸਾਹਿਬ ਕੋਲ ਆਪਰੇਸ਼ਨ ਕਰਵਾਉਣਾ ਹੈ। ਫਿਰ ਇੱਥੇ ਜਦੋਂ ਮੈਂ ਡਾਕਟਰ ਸੂਦ ਸਾਹਿਬ ਨੂੰ ਆਣ ਕੇ ਮਿਲਿਆ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਡੀਲ ਕੀਤਾ। ਮੇਰੇ ਮਨ ਨੂੰ ਤਸੱਲੀ ਹੋਈ। ਮੇਰਾ ਇਹਨਾਂ ਨੇ ਆਪਰੇਸ਼ਨ ਕੀਤਾ। ਜਦੋਂ ਆਪਰੇਸ਼ਨ ਕੀਤਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਸਟਾਫ ਨੇ ਵੀ ਇੰਨਾ ਵਧੀਆ ਸਾਨੂੰ ਡੀਲ ਕੀਤਾ। ਅਸੀਂ ਇੱਥੇ ਸਾਡਾ ਮਨ ਨੂੰ ਬਹੁਤ ਸੰਤੁਸ਼ਟੀ ਆਈ। ਡਾਕਟਰ ਸਾਹਿਬ ਦੇ ਸੁਭਾਅ ਵਾਲੇ ਬਾਰੇ ਗੱਲ ਕਰਾਂ ਤਾਂ ਡਾਕਟਰ ਸਾਹਿਬ ਦੇ ਸੁਭਾਅ ਬਹੁਤ ਵਧੀਆ। ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਕਿ ਮੈਂ ਆਪਦੇ ਘਰ ਦੇ ਮੈਂਬਰ ਕੋਲ ਬੈਠਾ ਹਾਂ ਜਾਂ ਡਾਕਟਰ ਸਾਹਿਬ ਕੋਲ ਬੈਠਾ ਹਾਂ। ਬਾਅਦ ਵਿੱਚ ਮੈਨੂੰ ਇਹ ਵੀ ਪਤਾ ਹੋਸਪਿਟਲ ਰਹਿਣ ਕਰਕੇ ਲੱਗਾ ਡਾਕਟਰ ਸਾਹਿਬ ਮੋਟਾਪੇ ਦਾ ਵੀ ਆਪਰੇਸ਼ਨ ਕਰਕੇ ਭਾਰ ਵੀ ਜਿਹੜੇ ਮਰੀਜ਼ ਦਾ ਆਪਰੇਸ਼ਨ ਕਰਦੇ ਬਹੁਤ ਵਧੀਆ ਆਪਰੇਸ਼ਨ ਕਰਦੇ ਹਨ। ਤੁਹਾਨੂੰ ਦੋ ਤਿੰਨ ਮਰੀਜ਼ ਸਾਡੇ ਕੋਲ ਬੈਠੇ ਉਹਨਾਂ ਦੇ ਵਾਰਸ ਬੈਠੇ ਸਨ ਵੀ ਉਹਨਾਂ ਕਿਹਾ ਵੀ ਇਹ ਮੋਟਾਪੇ ਦਾ ਬਹੁਤ ਵਧੀਆ ਇਲਾਜ ਕਰਦੇ ਹਨ ਅਤੇ ਜਿਹਦੇ ਨਾਲ ਭਾਰ ਜਿੰਨਾ ਵੀ ਤੁਸੀਂ ਘਟਾਉਣਾ ਚਾਹੁੰਦੇ ਹੋ ਉਨਾ ਹੀ ਘਟਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।